ਜਿਹੜੀ ਇੰਡੀਪੈਂਡੈਂਸ ਡੇ ਨੂੰ ਲੈ ਕੇ ਅਸੀਂ ਜਿਹੜੀ ਚੈਕਿੰਗ ਵਧਾਈ ਹੈ ਉਹਦੇ ਵਿੱਚ ਜ਼ਿਲ੍ਹੇ ਦੇ ਸਾਰੇ SHO ਸਾਰੇ GOs ਔਰ ਸਾਰੇ ਚੌਂਕੀ ਇੰਚਾਰਜ ਏਰੀਆ ਦੇ ਵਿੱਚ ਬਾਹਰ ਹੈ ਅਤੇ ਉਸਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਕਰਾਊਡਿਡ ਪਲੇਸਿਸ ਵਲਨੇਬਲ ਪੁਆਇੰਟਸ ਜਿੰਨੇ ਵੀ ਹੈ ਉਹਦੇ ਵਿੱਚ ਚੈਕਿੰਗ ਕਰ ਰਹੇ ਹਾਂ ਐਂਟੀ ਸਬੋਟੇਜ ਚੈਕਿੰਗ ਇੱਥੇ ਜਿਵੇਂ ਅੱਜ ਮੈਂ ਚੈਕਿੰਗ ਕੀਤੀ ਹੈ ਫਿਲੌਰ ਰੇਲਵੇ ਸਟੇਸ਼ਨ ਦੀ ਇਹਦੇ 'ਚ ਅਸੀਂ ਡੋਗ ਮੰਗਵਾਇਆ ਹੈਗਾ ਅਤੇ ਏਰੀਆ ਨੂੰ ਡੋਮੀਨੇਟ ਕੀਤਾ ਜਾ ਰਿਹਾ ਤਕਰੀਬਨ 1200 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਅਸੀਂ ਮੋਬਿਲਾਈਜ਼ ਕੀਤੇ ਹਾਂ ਇਹਨੂੰ ਇੰਡੀਪੈਂਡੈਂਸ ਡੇ ਨੂੰ ਲੈ ਕੇ ਇੱਕ ਮੈਂ ਜਨਤਾ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਅਨਕਲੇਮਡ ਬੈਗ ਜਾਂ ਕੋਈ ਲਾਵਾਰਿਸ ਵਸਤੂ ਮਿਲਦੀ ਹੈ ਤਾਂ ਉਹਦੀ ਜਿਹੜੀ ਸੂਚਨਾ ਹੈ ਕੰਟਰੋਲ ਰੂਮ ਅਤੇ ਹੈਲਪਲਾਈਨ ਨੰਬਰ 'ਤੇ ਦਿੱਤੀ ਜਾਵੇ ਤਾਂ ਜੋ ਜਿਹੜਾ ਕਰੰਟ ਸਿਨੈਰੀਓ ਹੈਗਾ ਉਹਦੇ ਵਿੱਚ ਅਸੀਂ ਬੈਗ ਦੀ ਆਇਡੈਂਟੀਫਿਕੇਸ਼ਨ ਕਰੀਏ ਅਤੇ ਕਾਰਵਾਈ ਕਰੀਏ ਸਰ ਅੱਜ ਹੀ ਮਤਲਬ ਨੋਰਮਲ ਗੋਲੀ ਚੱਲਣ ਦਾ ਮਾਮਲਾ ਆਇਆ ਸਕਿਉਰਿਟੀ ਇੰਨੀ ਟਾਈਟ ਹੋਣ ਦੇ ਕਰਕੇ ਵੀ ਗੋਲੀ ਦੇ ਨਾਲ ਬੰਦਾ ਵਿਅਕਤੀ ਨਹੀਂ ਦੇਖੋ ਇਹ ਹੈਗੇ ਪਰਸਨਲ ਰੰਜਿਸ਼ ਦਾ ਮਾਮਲਾ ਜਿਹੜਾ ਹੈਗਾ ਉਹ ਸਾਹਮਣੇ ਆਇਆ ਜਸਵਿੰਦਰ ਨਾਮ ਦਾ ਬੰਦਾ ਸੀਗਾ ਫੈਮਿਲੀ ਦੇ ਨੋਨ ਸੀਗਾ ਫੈਮਿਲੀ ਦੇ ਘਰ ਆਉਂਦਾ ਜਾਂਦਾ ਸੀਗਾ ਪਰਸਨਲ ਰੰਜਿਸ਼ ਦਾ ਮਾਮਲਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਉਹ ਹੁਣ ਚਲਾ ਕੇ ਗਿਆ ਗੋਲੀ ਉਹਨੂੰ ਜਲਦੀ ਫੜ ਲਿਆ ਜਾਏਗਾ 300 ਰੁਪਏ ਦਾ ਉਸ ਮੁਕਦਮਾ ਦਰਜ ਹੋ ਗਿਆ ਸੋ ਪਰਸਨਲ ਐਨੀਮਿਟੀ ਦਾ ਮਾਮਲਾ ਹੈਗਾ ਕੋਈ ਗੈਂਗਸਟਰ ਰਿਲੇਟਡ ਜਾਂ ਹੋਰ ਰਿਲੇਟਡ ਕ੍ਰਾਈਮ ਨਹੀਂ ਹੈ ਸਰ ਇੱਕ ਫਲੋਰ ਵਿੱਚ ਪਿਛਲੇ ਦਿਨੀ ਦੋ ਤਰ੍ਹਾਂ ਵਿੱਚ ਲੜਾਈ ਹੋਈ ਸੀ ਔਰ ਉਹ ਦੋਨਾਂ ਤਰ੍ਹਾਂ ਦੇ ਕਾਫੀ ਪਹਿਲਾਂ ਪਰਚੇ ਵੀ ਦਰਜ ਹੈਗੇ ਆ ਦੋ ਦੋ ਚਾਰ ਪਰਚੇ ਵੀ ਦਰਜ ਹੈਗੇ ਆ ਹੁਣ ਵੀ ਉਹਨਾਂ ਦੇ ਪਰਚਾ ਦਰਜ ਕੀਤਾ ਲੇਕਿਨ ਉਹ ਬੰਦੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਰ ਉਹਦਾ ਕੀ ਮਤਲਬ ਆ ਸਿਰਫ ਪਰਚਾ ਦਰਜ ਕਰਨ ਤੱਕ ਰਹੀ ਸਰ ਸੀਮਤ ਰਹਿਣ ਦੀ ਪੁਲਿਸ ਪਰਚਾ ਦਰਜ ਕਰਨ ਤੱਕ ਕਿਵੇਂ ਸੀ ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਪਿੱਛੇ ਮੈਂ ਕ੍ਰਾਈਮ ਮੀਟਿੰਗ ਆਪ ਕਰਦੀ ਗਿਆ ਅਤੇ ਨੈਸੈਸਰੀ ਡਾਇਰੈਕਸ਼ਨ ਜਿਹੜੀਆਂ ਹਲਕਾ DSP ਨੂੰ ਦਿੱਤੀਆਂ ਕਿ ਸਿਰਫ ਪਰਚਾ ਦਰਜ ਕਰਨ ਤੱਕ ਸੀਮਿਤ ਨਹੀਂ ਹੈ ਅਸੀਂ ਬੰਦੇ ਵੀ ਅਰੈਸਟ ਕਰਾਂਗੇ ਔਰ ਉਹਨਾਂ ਨੂੰ ਸਜ਼ਾ ਵੀ ਕਰਾਂਗੇ